ਡੀ ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਨੂੰ ਅੱਜ ਅਸੀਂ ਮਿਲਾਉਣ ਜਾ ਰਹੇ ਹਾਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਸਲਾਹਕਾਰ ਸਪੋਕਸਮੈਨ ਨੀਲ ਗਰਗ ਜੀ, ਜਿਨ੍ਹਾਂ ਨੇ ਪਾਰਟੀ ਦੇ ਨੇ ਬਹੁਤ ਵੱਡੀਆਂ ਇਹਨਾਂ ਦੀਆਂ ਸੇਵਾਵਾਂ ਦਿੱਤੀਆਂ ਪਾਰਟੀ ਨੂੰ, ਪਾਰਟੀ ਨੂੰ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਸਹਿਯੋਗ ਦਿੱਤਾ ਅਤੇ ਇਹਨਾਂ ਨੇ ਇਹ ਪਾਰਟੀ ਦੇ ਪ੍ਰਚਾਰਕ ਤੌਰ 'ਤੇ ਇਹਨਾਂ ਨੇ ਪੰਜਾਬ ਦੇ ਪ੍ਰਚਾਰਕ ਤੌਰ 'ਤੇ ਇਹਨਾਂ ਨੇ ਬਹੁਤ ਸਖ਼ਤ ਮਿਹਨਤ ਕੀਤੀ ਹੈ ਪਾਰਟੀ ਨੂੰ ਜੋੜਨ ਲਈ। ਸੋ ਗੱਲ ਕਰ ਰਹੇ ਹਾਂ ਨੀਲ ਗਰਗ ਜੀ ਨਾਲ। ਨੀਲ ਗਰਗ ਜੀ, ਤੁਹਾਡਾ ਡੀ ਨਿਊਜ਼ 'ਤੇ ਆਉਣ 'ਤੇ ਤੁਹਾਡਾ ਅਸੀਂ ਸਵਾਗਤ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਰ, ਤੁਸੀਂ ਇਹ ਮੌਕਾ ਮੈਨੂੰ ਦਿੱਤਾ ਤੁਹਾਡੇ ਨਾਲ ਗੱਲਬਾਤ ਕਰਨ ਦਾ। ਇਹ ਸਭ ਤੋਂ ਪਹਿਲਾਂ ਜੀ, ਤੁਸੀਂ ਮਤਲਬ ਆਪਦਾ ਆਪਣਾ ਪਰਿਵਾਰਕ ਪਿਛੋਕੜ ਤੁਸੀਂ ਮਤਲਬ ਦੱਸੋ ਜੀ। ਗੁਰਨੈਬ ਜੀ, ਬੇਸਿਕਲੀ ਜਿਹੜੇ ਕਿ ਮੈਂ ਜਿਹੜਾ ਪੁਰਾਣਾ ਜ਼ਿਲ੍ਹਾ ਬਠਿੰਡਾ ਹੁੰਦਾ ਸੀ, ਹੁਣ ਮਾਨਸਾ ਜ਼ਿਲ੍ਹਾ ਹੈਗਾ, ਉੱਥੋਂ ਦਾ ਸਾਡਾ ਪਿੰਡ ਹੈਗਾ ਸੈਦੇ ਵਾਲਾ, ਉੱਥੋਂ ਦੇ ਰਹਿਣ ਵਾਲੇ ਹੈਗੇ ਹਾਂ। ਔਰ ਪਰਿਵਾਰ ਮੇਰੇ ਫਾਦਰ ਜਿਹੜੇ ਆਰਮੀ ਦੇ ਵਿੱਚ ਰਹੇ ਆ, ਅਤੇ ਹੁਣ ਜਿਹੜਾ ਹੈਗਾ ਮੈਂ ਜਿਹੜਾ ਮੇਰਾ ਪਰਿਵਾਰ ਹੈਗਾ ਉਹ ਅਸੀਂ ਇੱਥੇ ਬਠਿੰਡੇ ਹੈਗੇ ਹਾਂ। ਮੇਰੀ ਵਾਈਫ ਗਵਰਨਮੈਂਟ ਜੋਬ ਦੇ ਵਿੱਚ ਹੈਗੇ ਆ। ਅਤੇ ਜਿੱਥੋਂ ਤੱਕ ਮੇਰਾ ਸੰਬੰਧ ਹੈ ਆਮ ਆਦਮੀ ਪਾਰਟੀ ਦੇ ਨਾਲ ਜੁੜਨ ਦਾ, ਤੁਹਾਨੂੰ ਯਾਦ ਹੈ ਕਿ 26/11/2012 ਨੂੰ ਦਿੱਲੀ ਦੇ ਵਿੱਚ ਪਾਰਟੀ ਦੀ ਸਥਾਪਨਾ ਹੋਈ ਸੀ ਔਰ ਪੰਜਾਬ ਦੇ ਵਿੱਚ ਸਾਰਿਆਂ ਤੋਂ ਜਿਹੜੀ ਪਹਿਲੀ ਯੂਨਿਟ ਸੀ ਉਹ ਬਠਿੰਡਾ ਦੇ ਵਿੱਚ ਬਣੀ ਸੀ 17 ਦਸੰਬਰ 2012 ਨੂੰ। ਅਤੇ ਮੈਂ ਉਦੋਂ ਦਾ ਪਾਰਟੀ ਦਾ ਮੈਂਬਰ ਹਾਂ, ਅਸੀਂ ਪਹਿਲੇ ਦਿਨ 40 ਮੈਂਬਰ ਸੀ ਜਦੋਂ ਪਾਰਟੀ ਦੀ ਸਥਾਪਨਾ ਹੋਈ ਸੀ। ਲੇਕਿਨ ਪਾਰਟੀ ਦੀ ਜਿਹੜੀ ਇੱਕਦਮ ਜਿਹੜੀ ਸਪੀਡ ਫੜੀ ਗਈ ਉਹ ਉਦੋਂ ਹੋਇਆ ਕਿ ਜਦੋਂ ਸਾਡੀ 49 ਦਿਨਾਂ ਦੀ ਸਰਕਾਰ ਦਿੱਲੀ ਦੇ ਵਿੱਚ ਬਣੀ ਅਤੇ ਉਸ ਤੋਂ ਬਾਅਦ ਇੱਕਦਮ ਯਾਨੀ ਕਿ ਤੂਫਾਨ ਹੀ ਆ ਗਿਆ। ਮਤਲਬ ਲੋਕ ਆਪ ਮੁਹਾਰੇ ਆਉਂਦੇ ਸੀ ਮੈਂਬਰਸ਼ਿਪ ਕਟਾਉਣ ਵਾਸਤੇ। ਅਸੀਂ ਉਹਨਾਂ ਦਿਨਾਂ ਦੇ ਵਿੱਚ ਬੜੇ ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਸਟਾਲ ਲਗਾਏ ਮੈਂਬਰਸ਼ਿਪ ਕੱਟਣ ਵਾਸਤੇ। 10 ਰੁਪਈਏ ਉਹਨਾਂ ਦਿਨਾਂ 'ਚ ਮੈਂਬਰਸ਼ਿਪ ਫੀਸ ਹੁੰਦੀ ਸੀ। ਅਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਮੈਂ ਗੱਲ ਕਰ ਰਿਹਾ ਦਸੰਬਰ 2013 ਦੀ, ਅਤੇ ਉਹਨਾਂ ਦਿਨਾਂ ਦੇ ਵਿੱਚ ਤਕਰੀਬਨ 6-7 ਦਿਨਾਂ ਦੇ ਵਿੱਚ ਹੀ ਬਠਿੰਡੇ ਦੇ ਕੋਲ ਆਪ ਮੁਹਾਰੇ ਜਿਹੜੇ ਲੋਕ ਮੈਂਬਰ ਬਣਨ ਆਏ, ਸਾਡੇ 15-16 ਹਜ਼ਾਰ ਮੈਂਬਰ ਉਸ ਵਕਤ ਬਣੇ। ਹਾਂਜੀ ਹਾਂਜੀ, ਮਤਲਬ ਇੱਕ ਲੋਕ ਇੱਕ ਬਦਲਾਵ ਦੇ ਤੌਰ 'ਤੇ ਇਸ ਪਾਰਟੀ ਨੂੰ ਦੇਖ ਰਹੇ ਸੀ ਔਰ ਲੋਕਾਂ ਦੇ ਵਿੱਚ ਇੱਕ ਜਜ਼ਬਾ ਸੀ ਕਿ ਹਾਂ, ਕਿਉਂਕਿ ਇਹ ਅੰਨਾ ਅੰਦੋਲਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਸੀ ਔਰ ਅੰਨਾ ਅੰਦੋਲਨ ਨੇ ਪੂਰੇ ਹਿੰਦੁਸਤਾਨ ਨੂੰ ਝੰਝੋੜ ਕੇ ਰੱਖਤਾ ਸੀ। ਮਤਲਬ ਜਾਤ ਪਾਤ ਨੂੰ ਛੱਡ ਕੇ, ਏਰੀਏ ਨੂੰ ਛੱਡ ਕੇ, ਹਰ ਧਰਮ, ਹਰ ਫਿਰਕੇ, ਹਰ ਜਗ੍ਹਾ ਦੇ ਲੋਕ ਉਸ ਅੰਦੋਲਨ ਦੇ ਵਿੱਚ ਜਿਹੜਾ ਇਨਵੋਲਵ ਹੋ ਗਏ ਸੀ। ਅਤੇ ਨੀਲ ਜੀ, ਇੱਕ ਜਿਵੇਂ ਵਿਧਾਨ ਸਭਾ ਚੋਣਾਂ, ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਬਹੁਤ ਵੱਡੀ ਲਹਿਰ ਚੱਲੀ ਸੀਗੀ ਪਾਰਟੀ ਦੀ, ਅਤੇ ਇਹਨੂੰ ਕੁਛ ਆਪਣੇ ਕੁਛ ਜਿਹੜੇ ਵਿਧਾਇਕ ਸੀ ਬਹੁਤ ਵੱਡੀ ਪੱਧਰ 'ਤੇ ਵਿਧਾਇਕ ਵੀ ਬਣੇ ਸੀ ਪੰਜਾਬ 'ਚ, ਅਤੇ ਕੀ ਕਾਰਨ ਰਿਹਾ ਵੀ ਜਿਹੜਾ ਇਹਦੂ ਬਾਅਦ ਥੋੜ੍ਹਾ ਜਿਹਾ ਇਹਦਾ ਮਤਲਬ ਜਿਹੜਾ ਰੁੱਖ ਸੀ, ਹਵਾ ਦਾ ਰੁੱਖ ਸੀ ਉਹ ਬਦਲ ਗਿਆ ਅਤੇ ਕੁਛ ਜਿਹੜੀ ਇਹਦੇ 'ਚ ਭੰਨ ਤੋੜ ਹੋਣ ਲੱਗ ਗਈ, ਕੁਛ ਜਿਹੜੇ ਤੁਹਾਡੇ ਸਿਆਸੀ ਜਿਹੜੇ ਕੋਈ ਵਿਧਾਇਕ ਚੁਣੇ ਸੀ ਉਹਦੇ 'ਚ ਜਾਂ ਕੋਈ ਪਾਰਟੀ ਪ੍ਰਤੀ ਕੁਛ ਇਹੋ ਜਿਹੀਆਂ ਗੱਲਾਂ ਵੀ ਹੋਈਆਂ, ਅਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੀ? ਦੇਖੋ ਜੀ, 2017 ਤੋਂ ਪਹਿਲਾਂ ਤਾਂ ਬਿਲਕੁਲ ਇਹ ਲੱਗਦਾ ਹੀ ਸੀ ਜੀ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਪੱਕੀ ਆ। ਅਕਸਰ ਹਰ ਸਟੇਜ ਤੋਂ ਲੋਕਾਂ ਦੇ ਵਿੱਚ ਖੁੰਡਾਂ ਦੇ ਚਰਚਾ ਵੀ ਜਿਹੜੀ ਹੁੰਦੀ ਸੀ, ਉੱਥੇ ਵੀ ਜਦੋਂ ਗੱਲਾਂ ਹੁੰਦੀਆਂ ਸੀ 100 ਸੀਟਾਂ ਦੀ ਜਿਹੜੀ ਹੈਗੀ ਹੈ ਉਹ ਗੱਲ ਹੁੰਦੀ ਸੀ ਕਿ ਬਹੁਤ ਵੱਡੇ ਪੱਧਰ 'ਤੇ ਸ਼ਾਇਦ ਅਸੀਂ ਦਿੱਲੀ ਵਾਲਾ ਇਤਿਹਾਸ ਜਿਹੜਾ ਹੈਗਾ ਉਹ ਪੰਜਾਬ ਦੇ ਵਿੱਚ ਦੁਹਰਾਵਾਂਗੇ। ਪਰ ਐਨੀ ਇਹ ਉਹਨਾਂ ਦਿਨਾਂ ਦੇ ਵਿੱਚ ਮੈਂ ਬੜੀ ਮਤਲਬ ਫਰਾਕ ਦਿੱਲੀ ਦੇ ਨਾਲ ਬਿਲਕੁਲ ਯਾਨੀ ਕਿ ਸੱਚ ਦੇ ਗੱਲ ਤੁਹਾਡੇ ਨਾਲ ਕਰ ਰਿਹਾ ਵਾਂ ਕਿ ਸਾਡੇ ਤੋਂ ਕੋਈ ਨਾ ਕੋਈ ਗਲਤੀਆਂ ਰਹੀਆਂ ਉਹਨਾਂ ਦਿਨਾਂ ਦੇ ਵਿੱਚ, ਕਿਉਂਕਿ ਪਹਿਲੀ ਗਲਤੀ ਤਾਂ ਇਹ ਰਹੀ ਕਿ ਜਿਹੜੇ ਲੋਕ ਸੀ ਉਹ ਸਿਸਟਮ ਤੋਂ ਅੱਕੇ ਹੋਏ ਸੀ, ਉਹ ਇਹਨਾਂ ਜਿਹੜੀਆਂ ਵਿਸਥਾਪਿਤ ਰਾਜਨੀਤਿਕ ਪਾਰਟੀਆਂ ਸੀ ਉਹਨਾਂ ਤੋਂ ਅੱਕੇ ਹੋਏ ਸੀ। ਅਸੀਂ ਗਲਤੀ ਕੀ ਕਰਤੀ ਕਿ ਪਾਰਟੀ ਖੜੀ ਕੀਤੀ ਵਲੰਟੀਅਰਾਂ ਨੇ, ਖੜੀ ਕੀਤੀ ਉਹ ਜਜ਼ਬੇ ਵਾਲੇ ਲੋਕਾਂ ਨੇ, ਜਨੂੰਨੀ ਲੋਕਾਂ ਨੇ,
ਪਰ ਜਦੋਂ ਐਕਚੁਅਲੀ ਯਾਨੀ ਕਿ ਇਲੈਕਸ਼ਨ ਦੇ ਵਿੱਚ ਜਾਣ ਦਾ ਮੌਕਾ ਆਇਆ ਤਾਂ ਉਸ ਵਕਤ ਉਰਾਂ ਪਰਾਂ ਤੋਂ ਲਿਆ ਕੇ ਬਹੁਤ ਸਾਰੇ ਲੋਕ ਜਿਨ੍ਹਾਂ ਤੋਂ ਲੋਕ ਪਹਿਲਾਂ ਹੀ ਪਰੇਸ਼ਾਨ ਸੀ, ਠੀਕ ਹੈ ਨਾ, ਬਵਾਰੀ ਕਹਿੰਦੇ ਸੀ, ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ। ਹਾਲਾਂਕਿ ਹੋ ਸਕਦਾ ਜਿਹੜੇ ਇੱਕ ਨੀਤੀ ਘਾੜੇ ਸੀ ਉਹਨਾਂ ਦੇ ਦਿਮਾਗ ਦੇ ਵਿੱਚ ਹੋਵੇ ਕਿ ਉਹਨਾਂ ਨੂੰ ਰਾਜਨੀਤਿਕ ਤਜਰਬਾ ਹੈਗਾ ਇਹਨਾਂ ਲੋਕਾਂ ਨੂੰ ਜਿਹੜੇ ਬਾਹਰੋਂ ਲਏ ਸੀ, ਅਤੇ ਸ਼ਾਇਦ ਉਸ ਦੇ ਨਾਲ ਸਾਨੂੰ ਸਰਕਾਰ ਚਲਾਉਣ ਦੇ ਵਿੱਚ, ਸਰਕਾਰ ਬਣਾਉਣ ਦੇ ਵਿੱਚ ਜਿਹੜਾ ਹੈਗਾ ਉਹ ਕੁਛ ਫਾਇਦਾ ਹੋਏਗਾ। ਪਰ ਲੋਕਾਂ ਨੇ ਉਸ ਚੀਜ਼ ਨੂੰ ਨਕਾਰਤਾ। ਪਰ ਹਾਂ, ਲੋਕਾਂ ਨੇ ਇੰਨਾ ਮੈਂਡੇਟ ਜ਼ਰੂਰ ਦਿੱਤਾ ਕਿ 25 ਸਾਲ ਰਾਜ ਕਰਨ ਵਾਲੀ ਜਿਹੜੀ ਪਾਰਟੀ ਸੀ ਅਕਾਲੀ ਦਲ ਉਹਨੂੰ 3 ਨੰਬਰ 'ਤੇ ਧੱਕਤਾ, ਔਰ ਸਾਨੂੰ ਚੌਂਕੀਦਾਰ ਦੀ ਇੱਕ ਨੌਕਰੀ ਦਿੱਤੀ 20 ਸੀਟਾਂ ਦੇ ਨਾਲ ਕਿ ਤੁਸੀਂ ਜਿਹੜਾ ਹੈਗਾ ਸਾਡੇ ਹੱਕਾਂ ਦੀ ਰੱਖਿਆ ਕਰਨੀ ਆ ਜੀ। ਇਹਦੇ 'ਚ ਕੁਛ ਜਦੋਂ ਉਸ ਟਾਈਮ 'ਤੇ ਮੰਨ ਲਓ ਇਹ ਵੀ ਕਿਹਾ ਜਾਂਦਾ ਰਿਹਾ ਵੀ ਜਿਹੜੀ ਪਾਰਟੀ ਆ ਮੰਨ ਲਓ ਉੱਪਰ ਜਿਹੜੇ ਦਿੱਲੀ 'ਤੇ ਬੈਠੇ ਆ ਜਿਹੜੇ ਕੇਜਰੀਵਾਲ ਮੰਨ ਲਓ ਜਿਹੜੇ ਦੀ ਟੀਮ ਦੇ ਉਹਦੇ 'ਚੋਂ ਦਖਲਅੰਦਾਜ਼ੀ ਜ਼ਿਆਦਾ ਕਰਦੇ ਆ ਵੀ ਇੱਧਰਲੇ ਪਾਸੇ ਜਿਹੜੇ ਲੋਕਾਂ 'ਤੇ ਕੁਛ ਜਿਹੜੇ ਆਮ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਆ ਜਿਵੇਂ ਵਲੰਟੀਅਰ ਤੋਂ ਲੈ ਕੇ ਜਿਨ੍ਹਾਂ ਨੇ ਕੋਈ ਬਹੁਤ ਮਿਹਨਤ ਕੀਤੀ ਆ ਵੀ ਉਹਨਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਸੀ ਉਸ ਟਾਈਮ 'ਤੇ, ਇਹਦੇ ਕਰਕੇ ਵੀ ਜ਼ਿਆਦਾ ਵਿਰੋਧ ਹੋਇਆ। ਇਹਦੇ ਬਾਰੇ ਤੁਸੀਂ ਇੱਕ ਬਤੌਰ ਇਹਦੇ 'ਚ ਵਿਚਰਦੇ ਰਹੇ ਹੋ ਪੰਜਾਬ ਪੱਧਰ 'ਤੇ ਸਾਰੇ ਮੰਨ ਲਓ ਜ਼ਿਲ੍ਹਿਆਂ 'ਚ, ਅਤੇ ਇਹਦੇ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਜਿਵੇਂ ਦਬਾਅ ਜਿਵੇਂ ਉਹ ਮੰਨਦੇ ਸੀ ਵੀ ਇਹ ਆਪਣੇ ਦਿੱਲੀ ਇੱਦਾਂ ਜ਼ਿਆਦਾ ਆ ਟੀਮ ਦਾ? ਦੇਖੋ ਸਰ, ਇਹ ਨਾ ਅਧੂਰਾ ਸੱਚ ਹੈ, ਇਹ 'ਚ ਗੱਲਾਂ ਦੋ ਆ। ਜੇ ਕਹਿੰਦੇ ਵੀ ਜਦੋਂ ਜਿੱਤ ਆ ਉਹਦੇ ਜਿੱਤ ਦੇ ਸਾਰੇ ਪਿਓ ਹੁੰਦੇ, ਹਾਰ ਦੀ ਕੋਈ ਮਾਂ ਨਹੀਂ ਹੁੰਦੀ, ਜੇ ਤਾਂ ਇਹ ਸਰਕਾਰ ਬਣ ਜਾਂਦੀ ਫਿਰ ਤਾਂ ਇਹ ਗੱਲਾਂ ਉੱਠਣੀਆਂ ਨਹੀਂ ਸੀ, ਕਿਉਂਕਿ ਹੁਣ ਸਰਕਾਰ ਨਹੀਂ ਬਣੀ ਤਾਂ ਗੱਲਾਂ ਉੱਠੀਆਂ। ਲੇਕਿਨ ਇਹ ਸੱਚ ਹੈਗਾ ਕਿ ਜਿੰਨਾ ਉਹਨਾਂ ਦੀ ਦਖਲ ਅੰਦਾਜ਼ੀ ਜਾਂ ਇਹ ਕਹਿ ਲਈਏ ਜਿੰਨਾ ਉਹਨਾਂ ਦੀ ਇਨਵੋਲਵਮੈਂਟ ਸੀ, ਉਨੀ ਇਨਵੋਲਵਮੈਂਟ ਨਹੀਂ ਚਾਹੀਦੀ ਸੀ। ਉਹ ਲੋਕਲ ਪੱਧਰ 'ਤੇ ਯਾਨੀ ਕਿ ਚਾਹੀਦੀ ਹੈਗੀ ਸੀ, ਲੋਕਲ ਵਲੰਟੀਅਰ ਨੂੰ ਖੁੱਲ੍ਹ ਦਿੱਤੀ ਜਾਣੀ ਚਾਹੀਦੀ ਸੀ ਤਾਂ ਕਿ ਉਹ ਇੱਕ ਜਿਹੜਾ ਹੈਗਾ ਜਿਵੇਂ ਸਵਰਾਜ ਦੀ ਅਸੀਂ ਗੱਲ ਕਰਦੇ ਸੀ, ਕਿਉਂਕਿ ਲੋਕਾਂ ਦਾ ਅਟਰੈਕਸ਼ਨ ਤਾਂ ਇਸ ਪਾਰਟੀ ਵੱਲ ਇਸੇ ਕਰਕੇ ਸੀ ਨਾ, ਅਤੇ ਉਹ ਜਿਹੜਾ ਦਖਲ ਅੰਦਾਜ਼ੀ ਕਿਤੇ ਨਾ ਕਿਤੇ ਕਿਉਂਕਿ ਸਰਕਾਰ ਨਹੀਂ ਬਣੀ ਉਹ ਹੁਣ ਜ਼ਿਆਦਾ ਉੱਭਰ ਕੇ ਸਾਹਮਣੇ ਆ ਗਈ। ਹਾਂ, ਬਾਕੀ ਪਾਰਟੀਆਂ ਜਿੰਨੀਆਂ ਵੀ ਨੈਸ਼ਨਲ ਪਾਰਟੀਆਂ ਹੈਗੀਆਂ ਨੇ, ਨੈਸ਼ਨਲ ਪਾਰਟੀਆਂ ਦੇ ਵਿੱਚ ਨੈਚੁਰਲੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੁੰਦੀ ਆ ਅਤੇ ਉਹਦੀ ਦਖਲ ਅੰਦਾਜ਼ੀ ਤਾਂ ਹੁੰਦੀ ਹੋਈ ਆ। ਪਰ ਸਾਡੇ ਦੇ ਵਿੱਚ ਕਿਉਂਕਿ ਅਸੀਂ ਪਾਰਟੀ ਵੀ ਨਵੀਂ ਸੀ, ਸਾਰੇ ਹੀ ਨਵੇਂ ਸੀ, ਦਿੱਲੀ ਦੇ ਵਿੱਚ ਵੀ ਤਾਂ ਸਰਕਾਰ ਯਾਨੀ ਕਿ 2014 ਦੇ ਵਿੱਚ 15 ਦੇ ਵਿੱਚ ਹੀ ਬਣੀ ਆ, ਜਾਂ ਉਦੋਂ ਪਹਿਲਾਂ 49 ਦਿਨਾਂ ਦੀ ਸਰਕਾਰ ਸੀ, ਕੋਈ ਰਾਜਨੀਤਿਕ ਪਿਛੋਕੜ ਦਾ ਕਿਸੇ ਦਾ ਹੈ ਨਹੀਂ ਸੀ, ਅਤੇ ਉਸਦਾ ਕਿਤੇ ਨਾ ਕਿਤੇ ਖਮੈਜਾ ਭੁਗਤਣਾ ਜ਼ਰੂਰ ਪਿਆ ਵਾ। ਇਹਦਾ ਮੰਨ ਲਓ ਜਿਵੇਂ ਹੁਣ ਪਿਛਲੀਆਂ ਪੰਚਾਇਤ ਅਤੇ ਸਮਿਤੀ ਦੀਆਂ ਚੋਣਾਂ ਹੋਈਆਂ, ਉਹਦੇ 'ਚ ਵੀ ਮੰਨ ਲਓ ਬਹੁਤ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਵੀ ਜਿਵੇਂ ਲੱਗਦਾ ਸੀਗਾ ਵੀ ਹੁਣ ਪਾਰਟੀ ਬਹੁਤ ਅੱਗੇ ਆਊਗੀ ਹੁਣ ਜੇ ਮੰਨ ਲਓ, ਪਰ ਫਿਰ ਵੀ ਇਹਨਾਂ ਨੇ ਜਿਹੜੀ ਕਿਉਂਕਿ ਅਕਸਰ ਹੀ ਹੁੰਦਾ ਜਿਵੇਂ ਇਹਦੀਆਂ ਚੋਣਾਂ ਵੇਲੇ ਤਾਂ ਜਿਹੜੀ ਸੱਤਾਧਾਰੀ ਹੁੰਦੀ ਹੈ ਉਹਦੇ 'ਤੇ ਲੋਕ ਉੱਧਰਲੇ ਝੁਕਾਅ ਹੁੰਦਾ, ਅਤੇ ਫਿਰ ਵੀ ਕੁਛ ਕੁ ਬਹੁਤ ਪਸਾਹ ਮੰਨ ਲਓ ਰਹਿ ਗਏ, ਇਹ ਤਾਂ ਕੀ ਕਰ ਰਿਹਾ ਜੀ ਇਹਦੇ ਪਿੱਛੇ? ਗੁਰਨੈਬ ਜੀ, ਤੁਸੀਂ ਆਪ ਹੀ ਆਖਿਆ ਕਿ ਜਿਹੜੀਆਂ ਇਹ ਜਿਹੜੀਆਂ ਚੋਣਾਂ ਹੁੰਦੀਆਂ ਨੇ, ਜਿਹੜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਹੁੰਦੀਆਂ, ਇਸ ਹਮੇਸ਼ਾ ਇੱਕ ਦਿਮਾਗ ਦੇ ਵਿੱਚ ਵਸਿਆ ਹੋਇਆ ਲੋਕਾਂ ਦੇ ਕਿ ਜਿਹਦੀ ਸੂਬੇ ਦੇ ਵਿੱਚ ਸਰਕਾਰ ਹੈ ਉਸੇ ਦੀ ਯਾਨੀ ਕਿ ਜ਼ਿਲ੍ਹਾ ਸਮਿਤੀਆਂ, ਜ਼ਿਲ੍ਹਾ ਪ੍ਰੀਸ਼ਦਾਂ, ਬਲਾਕ ਸਮਿਤੀਆਂ, ਪੰਚਾਇਤਾਂ ਬਣਾਈਆਂ ਜਾਣ, ਸ਼ਾਇਦ ਕੋਈ ਫਾਇਦਾ ਹੋ ਜੂਗਾ। ਪਰ ਲੋਕ ਇਸ ਚੀਜ਼ ਨੂੰ ਸਮਝਣ ਨਹੀਂ ਸਮਝ ਰਹੇ ਕਿ 70 ਸਾਲ ਹੋ ਗਏ ਸਾਡੇ ਮੁਲਕ ਨੂੰ ਆਜ਼ਾਦ ਹੋਇਆ, 70 ਸਾਲਾਂ 'ਤੇ ਜਦੋਂ ਉਹਨਾਂ ਦੀ ਸੂਬੇ 'ਚ ਸਰਕਾਰ ਬਣਦੀ ਹੈ, ਸੈਂਟਰ ਸਰਕਾਰ ਬਣਦੀ ਹੈ, ਉਦੋਂ ਤਾਂ ਕੰਮ ਨਹੀਂ ਹੁੰਦੇ, ਸਥਾਨਕ ਸਰਕਾਰਾਂ ਨਾਲ ਉਹ ਕਿਹੜੇ ਕੰਮ ਕਰ ਲੈਣਗੇ? ਔਰ ਇਸ ਮੈਂ ਇਸ ਨੂੰ ਰਾਜ ਯਾਨੀ ਕਿ ਤੁਸੀਂ ਜਿੱਦਾਂ ਕਹਿੰਦੇ ਹੋ ਕਿ ਸਾਡੀ ਹਾਰ ਹੋ ਗਈ, ਇਹ ਹਾਰ ਨਹੀਂ ਹੈ, ਹਾਰ ਉਹ ਹੁੰਦੀ ਹੈ ਵੀ ਜੇ ਅਸੀਂ ਬਿਨਾਂ ਲੜੇ ਭੱਜਦੇ ਫਿਰ ਹਾਰ ਸੀ, ਅਸੀਂ ਤਾਂ ਮੈਦਾਨ ਦੇ ਵਿੱਚ ਹੈਗੇ ਸੀ। ਔਰ ਦੂਸਰੀ ਇੱਕ ਗੱਲ ਮੈਂ ਇੱਥੇ ਹੋਰ ਚੀਜ਼ ਦੱਸਾਂਗਾ, ਤੁਸੀਂ ਦੇਖੋ ਇਹ ਜਿਹੜੀਆਂ ਪਾਰਟੀਆਂ ਨੇ ਨਾ ਕਿਸ ਤਰੀਕੇ ਨਾਲ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ, ਲੋਕਾਂ ਦੇ ਜਜ਼ਬਿਆਂ ਦੇ ਨਾਲ ਖੇਡਦੀਆਂ ਨੇ। ਪੰਚਾਇਤ ਚੋਣਾਂ ਸੀ ਜ਼ਿਲ੍ਹਾ ਪ੍ਰੀਸ਼ਦ ਦੀਆਂ, ਚੋਣਾਂ ਸੀ ਬਲਾਕ ਸਮਿਤੀ ਦੀਆਂ, ਮੁੱਦੇ ਕੀ ਹੋਣੇ ਚਾਹੀਦੇ ਆ ਵੀ? ਲੋਕ ਪਿੰਡਾਂ 'ਚ ਪਾਣੀ ਦਾ ਪ੍ਰਬੰਧ, ਗਲੀਆਂ ਦਾ ਪ੍ਰਬੰਧ, ਲਾਈਟਾਂ ਦਾ ਪ੍ਰਬੰਧ, ਹੈਲਥ ਸਰਵਿਸਿਸ, ਪਸ਼ੂ ਮੇਲੇ, ਉਹ ਹੈ ਨਹੀਂ। ਮੁੱਦਾ ਕੀ ਸੀ? ਬੇਅਦਬੀ ਕਾਂਡ। ਬੇਅਦਬੀ ਜਿਹੜੀ ਹੈਗੀ ਹੈ, ਸਾਰੇ ਪੰਜਾਬੀ, ਉਹ ਚਾਹੇ ਪੰਜਾਬ 'ਚ ਰਹਿੰਦਾ, ਹਿੰਦੁਸਤਾਨ 'ਚ ਰਹਿੰਦਾ, ਦੁਨੀਆ ਦੇ ਕਿਸੇ ਕੋਨੇ 'ਚ ਰਹਿੰਦਾ ਹੈਗਾ, ਉਹਦੇ ਹਿਰਦੇ ਵਲੂੰਦਰੇ ਗਏ ਆ, ਸਾਡੇ ਮਨਾਂ ਨੂੰ ਠੇਸ ਪਹੁੰਚੀ ਆ। ਉਹ ਇੱਕ ਵੱਖਰਾ ਮੁੱਦਾ ਹੈ, ਉਹਦੇ ਦੋਸ਼ੀਆਂ ਨੂੰ ਸਜ਼ਾ ਹੋਣੀ ਚਾਹੀਦੀ ਆ। ਪਰ ਕਾਂਗਰਸ ਨੇ ਕੀ ਕੀਤਾ? ਕਾਂਗਰਸ ਨੇ ਉਸ ਨੂੰ ਮੁੱਦਾ ਬਣਾ ਕੇ
ਜਿਹੜਾ ਹੈਗਾ ਚੋਣ ਲੜੀ, ਚੋਣ ਲੜਨ ਦੀ ਕੋਸ਼ਿਸ਼ ਕੀਤੀ, ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ, ਅਤੇ ਇਹ ਤੁਸੀਂ ਇਸ ਤੋਂ ਮਾੜਾ ਪੱਖ ਕੀ ਹੋ ਸਕਦਾ ਹੈਗਾ ਇਹ ਮੁੱਦਾ ਜਿਹੜਾ ਹੈਗਾ ਬੇਸਿਕਲੀ, ਕਿਉਂਕਿ ਸਾਡਾ ਇਹ ਮੰਨਣਾ ਹੈਗਾ ਆਮ ਆਦਮੀ ਪਾਰਟੀ ਦੇ ਵਿੱਚ ਕੀ ਹੈਗਾ ਕਿ ਜਿਹੜਾ ਹੈਗਾ ਰਾਜਨੀਤੀ ਦੇ ਵਿੱਚ ਧਰਮ ਹੋਣਾ ਚਾਹੀਦਾ, ਧਰਮ ਦੇ ਵਿੱਚ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਕਿੱਥੋਂ ਤੱਕ ਅਨਿਲ ਜੀ ਸਮਝਦੇ ਆ ਵੀ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਕਈ ਸਾਲ ਹੀ ਹੋ ਗਏ, ਅਤੇ ਹੁਣ ਲਗਾਤਾਰ ਮੰਨ ਲਓ ਜਿਹੜੇ ਉੱਥੇ ਬਰਗਾੜੀ ਮੋਰਚਾ ਲੱਗਿਆ ਉੱਥੇ ਕੋਈ ਜਿਹੜੀਆਂ ਜਥੇਬੰਦੀਆਂ ਬੈਠੀਆਂ ਜਿਹੜੀਆਂ ਪੰਜਾਬ ਦੇ ਸਿੱਖ ਭਾਈਚਾਰਾ ਬੈਠਾ ਜਾਂ ਉਹਦੇ ਸੰਬੰਧ 'ਚ ਤੁਸੀਂ ਕਿੱਥੋਂ ਕਿਹੜੇ ਨਜ਼ਰੀਆ ਦੇਖਦੇ ਆ ਵੀ ਜਿਹੜਾ ਉਹ ਜਿਵੇਂ ਸਿਆਸਤ ਵੀ ਹੋ ਰਹੀ ਆ ਕੁਛ ਮੰਨ ਲਓ ਇਹਨਾਂ ਮੁੱਦਿਆਂ 'ਤੇ, ਅਤੇ ਤੁਸੀਂ ਤੁਹਾਡੀ ਪਾਰਟੀ ਦੇ ਮੰਨ ਲਓ ਕਿਹੜੇ ਨਜ਼ਰੀਆ ਦੇਖ ਰਹੇ ਆ ਤੁਸੀਂ? ਦੇਖੋ ਐਜ਼ ਏ ਪੰਜਾਬੀ, ਠੀਕ ਹੈ ਨਾ, ਪੰਜਾਬ ਦੇ ਵਿੱਚ ਰਹਿਣ ਵਾਲਾ ਪੰਜਾਬੀ ਭਾਵੇਂ ਉਹ ਕਿਸੇ ਵੀ ਧਰਮ ਨੂੰ ਯਾਨੀ ਕਿ ਸੰਬੰਧ ਰੱਖਦਾ ਹੈਗਾ, ਉਹਦੇ ਹਿਰਦੇ ਵਲੂੰਦਰੇ ਹੋਏ ਆ, ਅਸੀਂ ਪੂਰੀ ਤਰ੍ਹਾਂ ਉਹਨਾਂ ਦੇ ਨਾਲ ਹਾਂ। ਅਸੀਂ ਪਹਿਲਾਂ ਵੀ ਉੱਥੇ ਗਏ ਸੀ, 7 ਨੂੰ ਵੀ ਗਏ ਸੀ, 14 ਵੀ ਗਏ ਸੀ, ਬਾਅਦ 'ਚ ਵੀ ਜਾਵਾਂਗੇ, ਪਹਿਲਾਂ ਵੀ ਜਾਂਦੇ ਰਹੇ ਆ। ਲੇਕਿਨ ਮੁੱਦਾ ਇਹ ਹੈਗਾ ਅਸਲ 'ਚ ਹੈ ਕੀ ਆ, ਮੰਗ ਕੀ ਹੈ? ਤੁਸੀਂ ਦੇਖੋ ਇਹ ਚਾਹੇ ਅਕਾਲੀ ਦਲ ਆ ਅਤੇ ਚਾਹੇ ਉਹ ਕਾਂਗਰਸ ਆ, ਇਹ ਇਹੋ ਜਿਹੇ ਮੁੱਦਿਆਂ ਨੂੰ ਹਮੇਸ਼ਾ ਜ਼ਿੰਦਾ ਰੱਖਦੇ ਆ ਆਪਦੀ ਵੋਟਾਂ ਦੀ ਰਾਜਨੀਤੀ ਪੂਰਾ ਕਰਨ ਵਾਸਤੇ। 84 ਦੇ ਦੰਗੇ ਹੋਏ, 84 ਤੋਂ ਬਾਅਦ ਸੈਂਟਰ ਦੇ ਵਿੱਚ BJP ਅਤੇ ਅਕਾਲੀ ਦਲ ਦੀ ਸਰਕਾਰ ਵੀ ਆਈ, ਕਾਂਗਰਸ ਦੀ ਵੀ ਦੁਬਾਰਾ ਸਰਕਾਰ ਆਈ। ਜੇਕਰ ਜਿਹੜੇ ਹੈਗੇ ਆ 84 ਦੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਤੀ ਹੁੰਦੀ, ਕੀ ਮੰਗ ਰਿਹਾ, ਇਨਸਾਫ ਹੀ ਮੰਗ ਰਿਹਾ ਨਾ, ਉਹਨਾਂ ਨੇ ਦੋਸ਼ੀਆਂ ਨੂੰ ਸਜ਼ਾ ਹੀ ਮੰਗ ਰਹੇ ਆ ਨਾ, ਕਿਸੇ ਬੇਦੋਸ਼ੀ ਨੂੰ ਸਜ਼ਾ ਦੇਣ ਦੀ ਗੱਲ ਤਾਂ ਨਹੀਂ ਕਰ ਰਹੇ ਨਾ, ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਗੱਲ ਕਰ ਰਹੇ ਹਾਂ, ਅਤੇ ਜੇ ਉਹਨਾਂ ਨੂੰ ਸਜ਼ਾ ਦਿੱਤੀ ਹੁੰਦੀ ਉਹ ਮੁੱਦਾ ਰਹਿੰਦਾ। ਇਸੇ ਤਰ੍ਹਾਂ ਬਰਗਾੜੀ ਦੇ ਵਿੱਚ ਅੱਜ 3.25 ਸਾਲ ਹੋ ਗਏ, ਪਹਿਲਾਂ 1.5 ਸਾਲ ਬਾਦਲ ਦੀ ਸਰਕਾਰ ਸੀ, 1.5-2 ਸਾਲ ਦੀ ਸਰਕਾਰ ਜਿਹੜਾ ਹੈਗਾ ਕੈਪਟਨ ਨੂੰ ਹੋ ਗਏ। ਉੱਥੇ ਬੈਠੇ ਹੋਏ ਲੋਕ, ਮੋਰਚੇ 'ਚ ਬੈਠੇ ਹੋਏ ਲੋਕ ਕੀ ਕਹਿੰਦੇ ਹੈਗੇ ਆ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਓ ਅਤੇ ਪੰਥ ਨੂੰ ਇਨਸਾਫ਼ ਦਿਓ। ਇਹਦੇ 'ਚ ਕਿਹੜੀ ਯਾਨੀ ਕਿ ਅਣਮਨੁੱਖੀ ਜਾਂ ਨਾ ਮੰਨੀ ਜਾਣ ਵਾਲੀ ਮੰਗ ਹੈਗੀ ਹੈ? ਇਹ ਜਿਹੜੇ ਬਾਦਲ ਪਰਿਵਾਰ ਆ, ਜਿਵੇਂ ਦੋਨੇ ਪਿਓ ਪੁੱਤੀ ਮੰਨ ਲਓ, ਉਹਨਾਂ 'ਤੇ ਲਾਉਂਦੇ ਆ ਵੀ ਇਹ ਬਾਹਰੀ ਜਿਹੜੇ ਏਜੰਟ ਆ ਜਾਂ ਉੱਥੋਂ ਬਾਹਰੋਂ ਪੈਸਾ ਆਉਂਦਾ ਇਹਨਾਂ ਨੂੰ, ਜਾਂ ਵੀ ਇਹ ਮਾਹੌਲ ਪੰਜਾਬ ਦਾ ਭੜਕਾਉਣ ਲਈ ਬੈਠੇ ਆ ਜਿਹੜੇ ਉੱਥੇ, ਤੁਹਾਨੂੰ ਕਿਵੇਂ ਲੱਗਦਾ ਵੀ ਕੋਈ ਇਹੋ ਜਿਹੀ ਗੱਲ ਕਿਸੇ ਤਰ੍ਹਾਂ ਦੀ, ਕਿਉਂਕਿ 2 ਵਾਰੀ ਕੱਟ ਹੋ ਗਿਆ ਉੱਥੇ ਬਰਗਾੜੀ 'ਚ, ਅਤੇ ਉਹਦੇ 'ਚ ਹੁਣ ਤੱਕ ਕੋਈ ਗੱਲ ਕਿਵੇਂ ਸਾਹਮਣੇ ਆਈ? ਦੇਖੋ ਤੁਸੀਂ 2 ਵਾਰੀ ਇਕੱਠ ਹੋਇਆ, ਕਿੰਨਾ ਵੱਡਾ ਇਕੱਠ ਹੋਇਆ, ਪੂਰਾ ਸ਼ਾਂਤੀ ਨਾਲ ਇਕੱਠ ਹੋਇਆ, ਠੀਕ ਹੈ ਕਿ ਨਹੀਂ? ਇਹ ਉੱਥੇ ਕੋਈ ਕਿਸੇ ਨੂੰ ਖਤਰਾ ਨਹੀਂ ਹੈਗਾ, ਨਾ ਪੰਥ ਨੂੰ ਖਤਰਾ, ਨਾ ਲੋਕਾਂ ਨੂੰ ਖਤਰਾ, ਨਾ ਮਾਹੌਲ ਖਰਾਬ ਹੋਵੇ, ਕਿਉਂਕਿ ਸਾਰੇ ਪੰਜਾਬੀ ਇਕੱਠੇ ਹੈਗੇ ਆ। ਬਾਦਲਾਂ ਦਾ ਨਾ ਇੱਕ ਪੁਰਾਣਾ ਇਤਿਹਾਸ ਰਿਹਾ ਬਾਦਲ ਸਾਹਿਬ ਦਾ, ਇਹ ਨਾ ਜਦੋਂ ਇਹ ਸਰਕਾਰ ਤੋਂ ਬਾਹਰ ਹੁੰਦੇ ਆ ਅਤੇ ਇਹ ਰਾਗ ਲੱਪਣਾ ਸ਼ੁਰੂ ਕਰ ਦਿੰਦੇ ਆ, ਪੰਥ ਨੂੰ ਖਤਰਾ ਹੈਗਾ, ਪੰਜਾਬ ਨੂੰ ਖਤਰਾ ਹੈਗਾ। ਜਦੋਂ ਇਹਨਾਂ ਦੀ ਸਰਕਾਰ ਆ ਜਾਂਦੀ ਆ ਫਿਰ ਨਾ ਇਹਨਾਂ ਨੂੰ ਪੰਥ ਯਾਦ ਰਹਿੰਦਾ, ਨਾ ਇਹਨਾਂ ਨੂੰ ਪੰਜਾਬ ਯਾਦ ਰਹਿੰਦਾ, ਇਹਨਾਂ ਨੂੰ ਯਾਦ ਰਹਿੰਦਾ ਅਤੇ ਆਪਣਾ ਪਰਿਵਾਰ। ਇਸੇ ਤਰ੍ਹਾਂ ਜਿਹੜੇ ਹੈਗੀ ਹੈ ਇਹਨਾਂ ਨੂੰ ਉੱਥੇ ਨਜ਼ਰ, ਜਿਹੜੇ ਬੈਠੇ ਲੋਕ ਉਹ ISI ਦੇ ਏਜੰਟ ਨਜ਼ਰ ਆਉਂਦੇ ਹੈਗੇ ਆ, ਇਹ ਵੀ ਇਹਨਾਂ ਦਾ ਪੁਰਾਣਾ, ਕਾਂਗਰਸ ਪਹਿਲਾਂ ਕਰਦੀ ਹੁੰਦੀ ਸੀ ਪਾਕਿਸਤਾਨ ਕਾ ਹੱਥ, ਜੇ ਮਤਲਬ ਕੋਈ ਅੱਤਵਾਦੀ ਘਟਨਾ ਹੋ ਗਈ 'ਚ ਪਾਕਿਸਤਾਨ ਦਾ ਹੱਥ ਹੈਗਾ। ਉਹ ਯਾਰ ਤੁਸੀਂ ਆਪਦਾ ਘਰ ਸੰਭਾਲੋ, ਪਾਕਿਸਤਾਨ ਦਾ ਹੱਥ ਕਿੱਥੋਂ ਆਜੂਗਾ? ਤੁਸੀਂ ਬਰਗਾੜੀ ਮੋਰਚੇ ਜਿਹੜੇ ਕਿ ਲੋਕਾਂ ਨੂੰ ਜਿਹੜਾ ਹੈਗਾ ਉੱਥੇ ਬਰਗਾੜੀ ਦੀ ਜਿਹੜੀ ਬੇਅਦਬੀ ਕਾਂਡ ਸੀ ਉਹਨੂੰ ਸਜ਼ਾ ਦਿੱਤੀ ਹੁੰਦੀ, ਬਾਈਬਲ ਕਲਾ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਹੁੰਦੀ, ਤਾਂ ਮੁੱਦਾ ਹੀ ਨਹੀਂ ਹੋਣਾ ਸੀ, ਮੁੱਦਾ ਤਾਂ ਤੁਸੀਂ ਪੈਦਾ ਕੀਤਾ ਹੈਗਾ। ਹੁਣ ਤੁਸੀਂ ਯਾਨੀ ਕਿ ਬੇਸਿਕਲੀ ਇਹਨਾਂ ਦਾ ਮਕਸਦ ਕੀ ਆ ਕਿ ਅੱਜ ਸਾਰੇ ਫਿਰਕੇ ਇਕੱਠੇ ਆ ਇਸ ਮਾਮਲੇ ਦੇ ਉੱਤੇ ਵੀ ਕਿਵੇਂ ਨਾ ਕਿਵੇਂ ਡਰਾ ਦਿਓ, ਸ਼ਹਿਰੀ ਵੋਟਰ ਨੂੰ ਡਰਾ ਦਿਓ, ਸ਼ਹਿਰੀ ਲੋਕਾਂ ਨੂੰ ਡਰਾ ਦਿਓ। ਇਹ ਹੁਣ ਵਾਲਾ ਹੈ ਨਹੀਂ ਹੈ, ਲੋਕ ਹੁਣ ਇਹਨਾਂ ਨੂੰ ਸਮਝ ਚੁੱਕੇ ਹੈਗੇ ਆ, ਅਤੇ ਉਹ ਜਿਹੜਾ ਬਰਗਾੜੀ ਹੈਗਾ ਉਹ ਇਨਸਾਫ ਲੈ ਕੇ ਹੀ ਹਟਾਂਗੇ, ਜਦੋਂ ਤੱਕ ਇਨਸਾਫ ਨਹੀਂ ਮਿਲਦਾ ਮੋਰਚਾ ਇੱਦਾਂ ਹੀ ਜਾਰੀ ਰਹੂਗਾ। ਅਤੇ ਇਹਦੇ ਮੁਤਾਬਕ ਜਿਵੇਂ ਖਹਿਰਾ ਸਾਹਿਬ ਹੁਣ ਪਾਰਟੀ ਤੋਂ ਕੁਛ ਨਾਰਾਜ਼ ਆ ਜਾਂ ਕੋਈ ਆਪਣੇ ਤੌਰ 'ਤੇ ਉਹਨਾਂ ਨੇ ਬਠਿੰਡਾ 'ਚ ਵੀ ਇੱਕ ਬਹੁਤ ਵੱਡਾ ਸ਼ਕਤੀ ਪ੍ਰਦਰਸ਼ਨ ਕੀਤਾ ਸੀਗਾ, ਅਤੇ ਹੁਣ ਵੀ ਉਹ ਨਾਲ ਜਿੱਥੇ ਬਰਗਾੜੀ ਜੇ ਮੋਰਚਾ ਲੱਗਿਆ ਉਹਦੇ 'ਚ ਉਹ ਪੂਰੀ ਸ਼ਮੂਲੀਅਤ ਹੁੰਦੀ ਉਹਨਾਂ ਦੀ,
ਅਤੇ ਉਹਦੇ 'ਚ ਜਿਵੇਂ ਹੁਣ ਲੰਬੇ ਸਮੇਂ ਤੋਂ ਇਹ ਤੁਹਾਡਾ ਉਹਨਾਂ ਆਪਸ ਵਿੱਚ ਵੀ ਕੋਈ ਗੁੱਸਾ ਗਿਲਾ ਹੁੰਦਾ ਪਰਿਵਾਰ 'ਚ ਗੁੱਸਾ ਗਿਲਾ, ਕਿ ਅਗਲੇ ਸਮੇਂ 'ਚ ਤੁਸੀਂ ਲੱਗਦਾ ਤੁਹਾਨੂੰ ਵੀ ਇਹ ਉਹਨਾਂ ਨੂੰ ਮੰਨ ਲਓ ਮਨਾ ਲਉਂਗੇ ਜਾ ਕੇ, ਜਿਵੇਂ ਹੁਣ ਥੋੜ੍ਹੇ ਸਰਗਰਮੀਆਂ ਚੱਲੀ ਜਾਂਦੀਆਂ ਕੁਛ ਭਗਵੰਤ ਮਾਨ ਜੀ ਤੋਂ ਲੈ ਕੇ ਦੂਜਿਆਂ? ਦੇਖੋ ਮੈਂ ਫਿਰ ਕਹਿ ਰਿਹਾ ਵੀ ਖਹਿਰਾ ਸਾਹਿਬ ਦੀ ਜਿੱਦਾਂ ਬਰਗਾੜੀ ਦੇ ਵਿੱਚ ਸ਼ਮੂਲੀਅਤ ਹੈ, ਬਿਲਕੁਲ ਸ਼ਮੂਲੀਅਤ ਹੈਗੀ, ਔਰ ਸਾਰੀ ਆਮ ਆਦਮੀ ਪਾਰਟੀ ਦੀ ਸ਼ਮੂਲੀਅਤ ਹੈਗੀ ਹੈ। ਸਾਡਾ ਇਹ ਵੀ ਮੰਨਣਾ ਹੈਗਾ ਕੋਈ ਵੀ ਜਿਹੜਾ ਸਿਆਸੀ ਲੀਡਰ ਆ ਉਹ ਪੰਥ ਦਾ ਹਿੱਸਾ ਹੋ ਸਕਦਾ, ਪੰਥ ਦਾ ਮਾਲਕ ਨਹੀਂ ਹੋ ਸਕਦਾ, ਚਾਹੇ ਉਹ ਅਕਾਲੀ ਦਲ ਬਾਦਲ ਹੈ ਚਾਹੇ ਕੋਈ ਹੋਰ ਸਿਆਸੀ ਪਾਰਟੀ ਹੈਗੀ ਆ। ਔਰ ਜਿੱਥੋਂ ਤੱਕ ਸਾਡੇ ਆਪਸੀ ਸੰਬੰਧਾਂ ਦਾ ਕੰਸਰਨ ਹੈ ਪਾਰਟੀ ਦਾ, ਬਿਲਕੁਲ ਮਨਮਟਾਵ ਘਰਾਂ ਦੇ ਵਿੱਚ ਹੋ ਜਾਂਦੇ ਆ, ਇੱਥੇ ਵੀ ਹੋਏ ਆ, ਅਤੇ ਲੇਕਿਨ ਕੋਸ਼ਿਸ਼ਾਂ ਜਿਹੜੀਆਂ ਸੱਚੇ ਦਿਲੋਂ ਉਹ ਜਾਰੀ ਆ, ਅਤੇ ਕਮੇਟੀ ਹੁਣ ਬਣ ਗਈ ਆ 5 ਮੈਂਬਰੀ ਕਮੇਟੀ, ਉਹ ਕਮੇਟੀ ਰਾਬਤਾ ਕਾਇਮ ਕਰੂਗੀ। ਮੇਰੇ ਖਿਆਲ ਪਹਿਲੀ ਮੀਟਿੰਗ ਜਿਹੜੀ ਆ ਮੰਗਲਵਾਰ ਨੂੰ, ਯਾਨੀ ਕਿ ਐਸੇ ਆਉਣ ਵਾਲੇ ਮੰਗਲਵਾਰ ਨੂੰ ਹੈਗੀ ਹੈ, ਅਤੇ ਉਮੀਦ ਕਰਦੇ ਹਾਂ ਕਿ ਉਹਦਾ ਨਤੀਜਾ ਜਿਹੜਾ ਹੈਗਾ ਚੰਗਾ ਨਿਕਲੂਗਾ। ਕਿਉਂਕਿ ਇੱਕ ਚੀਜ਼ ਮੈਂ ਤੁਹਾਨੂੰ ਥੋੜ੍ਹਾ ਜਿਹਾ ਗੁਰਨਾਬ ਜੀ ਮੈਨੂੰ ਅੱਧਾ ਕੁ ਮਿੰਟ ਦਿਓ, ਕਿ ਅੱਜ ਜਿਹੜੇ ਪੰਜਾਬ ਦੇ ਰਾਜਨੀਤਿਕ ਹਾਲਾਤ ਨੇ ਉਹ ਏਕਤਾ ਮੰਗਦੇ ਆ। ਅੱਜ ਤੁਸੀਂ ਦੇਖੋ ਅਕਾਲੀਆਂ ਦਾ ਕੀ ਹਾਲ ਹੋ ਗਿਆ, ਉਹਨਾਂ ਨੇ ਗੁਰੂ ਮਹਾਰਾਜ ਦੀ ਬੇਅਦਬੀ ਕੀਤੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿੱਚ, ਜਾਂ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ, ਉਸ ਦੀ ਬਦੌਲਤ ਬਹੁਤ ਗੁੱਸਾ ਪਿੰਡਾਂ ਦੇ ਵਿੱਚ ਉਹਨਾਂ ਦੇ ਖਿਲਾਫ਼ ਆ। ਕਾਂਗਰਸ ਦੀ ਸਰਕਾਰ ਬਣੀ ਨੂੰ 1.5 ਸਾਲ ਹੋ ਗਏ, ਕਾਂਗਰਸ ਦੀ ਸਰਕਾਰ ਹਰ ਫਰੰਟ ਦੇ ਉੱਤੇ ਜਾਣੀ ਕਿ ਫੇਲ ਹੋਈ ਹੈ, ਜਿੰਨੇ ਵਾਅਦੇ ਕੀਤੇ ਸੀ ਸਾਰੇ ਕੰਮ ਉਸ ਤੋਂ ਉਲਟ ਹੋ ਰਹੇ ਆ, ਅਤੇ ਉਹਨਾਂ ਦੇ ਵੀ ਖਿਲਾਫ਼ ਹੈ। ਇਸ ਟਾਈਮ ਪੰਜਾਬ ਦੇ ਵਿੱਚ ਲੋਕ ਯਾਨੀ ਕਿ ਕਿਸ ਤਰ੍ਹਾਂ ਦਾ ਬਦਲ ਚਾਹੁੰਦੇ ਆ, ਜਿਹੜੀਆਂ ਉਹਨਾਂ ਨੂੰ ਸਮੱਸਿਆਵਾਂ ਤੋਂ ਨਿਜਾਤ ਦਿਲਾ ਸਕਣ, ਉਹ ਨਿਜਾਤ ਜਿਹੜੀ ਆਮ ਆਦਮੀ ਪਾਰਟੀ ਹੀ ਦਿਲਾ ਸਕਦੀ ਆ। ਹੁਣ ਇਹ ਆਪਸ ਦੇ ਧੜਿਆਂ 'ਚ ਵੰਡੇ ਹੋਏ ਆ, ਅਤੇ ਇਸ ਕਰਕੇ ਲੋਕ ਇਹਨਾਂ ਨੂੰ ਵੀ ਮਾਫ਼ ਨਹੀਂ ਕਰਨਗੇ, ਚਾਹੇ ਉਹ ਖਹਿਰਾ ਸਾਹਿਬ ਹੈ ਅਤੇ ਚਾਹੇ ਕੋਈ ਯਾਨੀ ਕਿ ਦੂਸਰੇ ਹੈਗੇ ਆ, ਇਕੱਠੇ ਇਹਨਾਂ ਨੂੰ ਹੋਣਾ ਹੀ ਪਊਗਾ। ਅਤੇ ਇਸ ਕਰਕੇ ਏਕਤਾ ਜ਼ਰੂਰੀ ਹੈ, ਇਹਨਾਂ ਦੀ ਕੰਪਲਸ਼ਨ ਵੀ, ਔਰ ਪੰਜਾਬ ਦੇ ਲੋਕਾਂ ਦੀ ਜ਼ਰੂਰਤ ਵੀ ਹੈਗੀ ਹੈ ਉਹ ਇਹ ਏਕਤਾ ਹੋਵੇ, ਇਸੇ ਕਰਕੇ ਇਹ ਕਮੇਟੀ ਬਣੀ, ਔਰ ਮੈਨੂੰ ਪੂਰੀ ਉਮੀਦ ਹੈ ਕਿ ਏਕਤਾ ਇਸ ਦੇ ਵਿੱਚੋਂ ਚੰਗਾ ਕੁਛ ਨਾ ਕੁਛ ਜਿਹੜਾ ਹੈਗਾ ਪੋਜ਼ਿਟਿਵ ਨਿਕਲੂਗਾ। ਅਤੇ ਜਿਹੜਾ ਫੂਲਕਾ ਸਾਹਿਬ ਨੇ ਮਤਲਬ ਜਿਹੜਾ ਅਸਤੀਫਾ ਦਾ ਮਤਲਬ ਦਿੱਤਾ ਪਿਛਲੇ ਵਾਰੀ, ਉਹਦੇ ਬਾਰੇ ਤੁਸੀਂ ਕਹਿਣਾ ਚਾਹੋਗੇ ਫੂਲਕਾ ਸਾਹਿਬ ਦੇ ਅਸਤੀਫੇ ਬਾਰੇ? ਦੇਖੋ ਜੀ, ਫੂਲਕਾ ਸਾਹਿਬ ਦੀ ਇੱਕ ਬਹੁਤ ਵੱਡੀ ਇਹ ਕੁਰਬਾਨੀ ਹੈਗੀ ਹੈ, ਅੱਜ ਦੀ ਡੇਟ 'ਚ ਤਾਂ ਕੋਈ ਪੀਐਨ ਦੀ ਨੌਕਰੀ ਨਹੀਂ ਛੱਡਦਾ, ਠੀਕ ਹੈ ਨਾ। ਔਰ ਤੁਸੀਂ ਜੇ ਫੂਲਕਾ ਸਾਹਿਬ ਦਾ ਇੱਕ ਦੇਖੋ, ਬੜੇ ਜਜ਼ਬਾਤੀ ਅਤੇ ਸੱਚੇ ਸੁੱਚੇ ਸਿੱਖ ਹੈਗੇ ਆ, ਉਹਨਾਂ ਨੇ ਹਮੇਸ਼ਾ, ਤੁਸੀਂ ਦੇਖੋ ਪਹਿਲਾਂ ਉਹ LOP ਸੀ, ਲੀਡਰ ਆਫ ਅਪੋਜੀਸ਼ਨ ਸੀ, ਇੱਕ ਕੈਬਨਿਟ ਦਾ ਰੈਂਕ ਹੈਗਾ, ਲੇਕਿਨ ਜਦੋਂ LOP ਦਾ ਰੈਂਕ ਸੀ, ਜਦੋਂ 84 ਦੇ ਦੰਗਿਆਂ ਦੇ ਦੋਸ਼ੀਆਂ ਜਿਹੜੀਆਂ ਉੱਥੇ ਪੇਸ਼ੀਆਂ ਚੱਲਦੀਆਂ ਉਹਦੀ ਰੁਕਾਵਟ ਬਣਿਆ, ਜਦੋਂ ਉਹਨਾਂ ਨੇ ਉਹ ਛੱਡਤਾ, ਠੀਕ ਹੈ ਨਾ। ਅੱਜ ਉਹਨਾਂ ਨੇ ਜਦੋਂ 27 ਅਗਸਤ ਨੂੰ ਅਤੇ 28 ਅਗਸਤ ਨੂੰ ਜਦੋਂ ਪਾਰਲੀਮੈਂਟ ਦੇ ਸੋਰੀ ਵਿਧਾਨ ਸਭਾ ਦਾ ਸੈਸ਼ਨ ਹੋਇਆ ਸੀ, ਉੱਥੇ ਇਸ ਦੀ ਡਿਸਕਸ਼ਨ ਹੋਈ, 7 ਘੰਟੇ ਲਗਾਤਾਰ ਲਾਈਵ ਡਿਸਕਸ਼ਨ ਚੱਲੀ, ਉੱਥੇ ਵੀ ਯਾਨੀ ਕਿ ਉਹਨਾਂ ਨੇ ਇਸ ਮੁੱਦੇ ਨੂੰ ਬੜੇ ਜ਼ੋਰ ਸ਼ੋਰ ਦੇ ਨਾਲ ਉਠਾਇਆ ਸੀ। ਅਤੇ ਉੱਥੇ ਕਾਂਗਰਸ, ਤੁਸੀਂ ਸਾਰਿਆਂ ਨੇ ਦੇਖਿਆ, ਕਾਂਗਰਸ ਦੇ ਜਿਹੜੇ 5 ਮੰਤਰੀ ਹੋਰ ਜਿਹੜੇ MLA ਸੀ, ਝੋਲੀਆਂ ਅੱਡ ਅੱਡ ਕੇ ਬੜੇ ਭਾਵੁਕ ਭਾਸ਼ਣ ਦੇ ਰਹੇ ਸੀ, ਅਤੇ ਇਸ ਤਰ੍ਹਾਂ ਗੱਲ ਹੋ ਰਹੀ ਸੀ ਜਿਵੇਂ ਹੁਣੀ ਇਹਨਾਂ ਨੇ ਸਜ਼ਾ ਜਿਹੜੀ ਹੈ ਦੋਸ਼ੀਆਂ ਨੂੰ ਦੇ ਹੀ ਦੇਣੀ ਹੈਗੀ ਹੈ, ਜਸਟਿਸ ਰਣਜੀਤ ਕਮਿਸ਼ਨ ਜਿਹੜੀ ਆ ਰਿਪੋਰਟ ਉੱਥੇ ਡਿਸਕਸ ਹੋਈ, ਲੇਕਿਨ ਉਸ ਤੋਂ ਬਾਅਦ ਕੀ ਹੋਇਆ? ਕੁਝ ਵੀ ਨਹੀਂ। ਉਹਨਾਂ ਨੂੰ ਹਲੂਣਾ ਦੇਣ ਵਾਸਤੇ ਨੇ ਆਖਿਆ ਸੀ ਕਿ ਯਾਰ ਆਪਣੇ ਲਈ ਅਹੁਦੇ ਵੱਡੇ ਨਹੀਂ, ਗੁਰੂ ਮਹਾਰਾਜ ਵੱਡੇ ਹੈਗੇ ਆ, ਇਹ ਅਹੁਦੇ ਤਾਂ ਆਉਣੀ ਜਾਣੀ ਚੀਜ਼ ਹੈਗੀ ਹੈ, ਅਹੁਦੇ ਕੋਈ ਖਾਸ ਗੱਲ ਨਹੀਂ ਹੈ, ਆਓ ਤੁਸੀਂ, ਜੇਕਰ ਕੈਪਟਨ ਤੁਹਾਡੀ ਗੱਲ ਨਹੀਂ ਮੰਨਦਾ ਆ ਜਾਓ, ਆਪਾਂ ਸਾਰੇ ਅਸਤੀਫਾ ਦਿੰਦੇ ਹਾਂ, ਪਹਿਲ ਮੈਂ ਕਰੂੰਗਾ। ਲੇਕਿਨ ਉਹਨਾਂ ਨੂੰ ਨੈਚੁਰਲੀ ਉਹਨਾਂ ਨੂੰ ਕੋਈ ਇਸ ਚੀਜ਼ ਦੇ ਨਾਲ ਲੈਣਾ ਦੇਣਾ ਹੈ ਨਹੀਂ ਹੈ, ਇਹਨਾਂ ਨੇ ਆਖਿਆ ਸੀ ਅਤੇ ਬਿਲਕੁਲ ਇਸ ਕਰਕੇ ਆਪਣਾ ਅਸਤੀਫਾ ਦੇ ਦਿੱਤਾ ਹੈਗਾ। ਔਰ ਮੈਂ ਸਮਝਦਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਹਮੇਸ਼ਾ ਇਹ ਚੀਜ਼ ਜਿਹੜੀ ਹੈਗੀ ਹੈ ਸੋਚੀ ਜਾਊਗੀ, ਵਿਚਾਰੀ ਜਾਊਗੀ, ਔਰ ਇਹਦਾ ਆਉਣ ਵਾਲੇ ਦਿਨਾਂ 'ਚ ਬਰਗਾੜੀ ਜਿਹੜਾ ਇਨਸਾਫ਼ ਦੇ ਵਿੱਚ ਵੀ ਬਹੁਤ ਵੱਡਾ ਯਾਨੀ ਕਿ ਇਹਦਾ ਪਿਛੋਕੜ ਰਹੂਗਾ ਜਾਂ ਹੱਥ ਰਹੂਗਾ ਇਸ ਅਸਤੀਫੇ ਦਾ। ਅਤੇ ਜਿਹੜੀ ਅਗਲੀ ਤੁਹਾਡੀ ਜਿਹੜੀ ਤੁਸੀਂ ਭਵਿੱਖ 'ਚ ਪਾਰਟੀ ਦੀਆਂ ਜਿਹੜੀਆਂ ਗਤੀਵਿਧੀਆਂ ਰੂਪ ਰੇਖਾ ਕਿਵੇਂ ਲਿਖਦੇ ਹੋ ਤੁਸੀਂ ਪਾਰਟੀ ਦੇ ਤੌਰ 'ਤੇ, ਜੋ ਕੋਈ ਜੋੜ ਤੋੜ ਜਿਹੜੇ ਅਗਲੇ ਕਰਨੇ ਆ ਅਗਲੀਆਂ ਲੋਕ ਸਭਾ ਦੀਆਂ ਚੋਣਾਂ ਵੇਲੇ, ਅਤੇ ਇਹਦੇ 'ਚ ਕੁਛ ਤਾਂ 5 ਤਾਂ ਮਤਲਬ ਜਿਹੜੇ ਅੱਡ ਅੱਡ ਐਲਾਨ ਹੀ ਦਿੱਤੇ ਆ ਵਿੱਚੋਂ, ਅਤੇ ਅਗਲੇ ਵਾਰ ਤੁਹਾਨੂੰ ਕਿਵੇਂ ਲੱਗਦਾ ਵੀ ਜਿਹੜੀਆਂ ਕਿਵੇਂ ਹੰਗਾਰਾ ਮਿਲੂਗਾ ਲੋਕਾਂ ਦਾ? ਤੁਸੀਂ ਲੋਕਾਂ 'ਚ ਜਾਂਦੇ ਹੋ, ਅਤੇ ਜੋ ਕੁਛ ਜਿਵੇਂ ਦੂਜਿਆਂ 'ਤੇ ਦੋਨਾਂ ਪਾਰਟੀਆਂ ਦੇ ਲੋਕ ਖਿਲਾਫ਼ ਆ, ਅਤੇ ਇਹ ਤੀਜਾ ਬਦਲ ਮੰਨਦੇ ਸੀ ਵੀ ਤੀਜਾ ਬਦਲ ਜੇ ਆਪ ਮੰਨ ਲਓ ਪਾਰਟੀ ਆਉਂਦੀ ਹੈ ਤਾਂ ਪੰਜਾਬ ਦਾ ਕੁਛ ਬਣ ਜੂਗਾ,
ਤਾਂ ਹੁਣ ਵੀ ਥੋੜ੍ਹਾ ਜਿਹਾ ਕੁਛ ਜੇ ਇਕੱਠੇ ਮੰਨ ਲਓ ਹੋਣ ਦੀ ਜਿਹੜੀ ਗੱਲਬਾਤ ਚੱਲ ਰਹੀ ਹੈ, ਇਹ ਕਿੱਥੋਂ ਤੱਕ ਲੱਗਦਾ ਵੀ ਜਿਹੜਾ ਹੁਣ ਤੁਸੀਂ ਅਗਲੇ ਭਵਿੱਖ 'ਚ ਕੀ ਮੰਨ ਲਓ ਜੇ ਜ਼ਿਆਦਾ ਕਰ ਰਹੇ ਹੋ ਵੀ ਜਿਹੜੇ ਲੋਕ ਤੁਹਾਡੇ ਨਾਲ ਖੜਨ ਅਤੇ ਜਿਹੜੇ ਤੁਸੀਂ ਇੱਕ ਮੰਚ 'ਤੇ ਇਕੱਠੇ ਹੋ? ਇਹਨਾਂ ਸਾਰੇ ਸਵਾਲਾਂ ਦਾ ਜਿਹੜਾ ਜਵਾਬ ਹੈ ਨਾ ਉਹ ਭਵਿੱਖ ਦੇ ਵਿੱਚ ਹੀ ਆ, ਔਰ ਜਿਹੜੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਕੱਠੇ ਹੋਣ ਦੀਆਂ, ਮੈਂ ਤੁਹਾਨੂੰ ਪਹਿਲਾਂ ਆਖਿਆ ਲੋਕ ਮਾਫ਼ ਨਹੀਂ ਕਰਨਗੇ, ਠੀਕ ਹੈ ਨਾ, ਕਿਉਂਕਿ ਲੋਕ ਤੀਜਾ ਬਦਲ ਚਾਹੁੰਦੇ ਆ, ਲੋਕ ਬਹੁਤ ਜ਼ਿਆਦਾ ਸਮੱਸਿਆਵਾਂ ਨਾਲ ਜੂਝ ਰਹੇ ਹੈਗੇ ਆ, ਅਤੇ ਲੋਕਾਂ ਦੀ ਇੱਛਾ ਇਹ ਹੈ ਕਿ ਪਾਰਟੀ ਇਕੱਠੀ ਹੋਵੇ, ਇੱਕਮੁੱਠ ਹੋ ਕੇ ਯਾਨੀ ਕਿ ਜਿਹੜਾ ਇਲੈਕਸ਼ਨ 'ਚ ਫਾਈਟ ਕਰਨ, ਉਹਨਾਂ ਦੀਆਂ ਸਮੱਸਿਆਵਾਂ ਨੂੰ ਯਾਨੀ ਕਿ ਉਜਾਗਰ ਕਰਨ, ਉਹਦੇ ਲਈ ਲੜਨ, ਅਤੇ ਜੇਕਰ ਇਹ ਵਾਹਿਗੁਰੂ ਕਰੇ ਮਿਹਰ ਕਰੇ ਇਹ ਸਾਰਾ ਇੱਕ ਠੀਕ ਹੋ ਜਾਂਦਾ, ਪਾਰਟੀ ਇਕੱਠੀ ਹੋ ਜਾਂਦੀ ਆ, ਤਾਂ ਮੈਨੂੰ ਲੱਗਦਾ ਹੈ ਕਿ ਇੱਕ ਵਾਰ ਫਿਰ ਜਿਹੜੀ ਉਦੋਂ ਤਾਂ ਸੱਚ ਨਹੀਂ ਹੋ ਸਕਿਆ 100 ਸੀਟਾਂ ਵਾਲਾ, ਅਤੇ ਹੁਣ ਮੈਨੂੰ ਉਮੀਦ ਹੈ ਜੇ ਇਹ ਇਕੱਠੇ ਹੋ ਜਾਣ, ਇਕੱਠੇ ਹੋ ਕੇ ਲੜਦੇ ਹਾਂ ਅਸੀਂ ਸਾਰੇ ਜਣੇ, ਤਾਂ 10-11 ਸੀਟਾਂ ਅਸੀਂ ਜ਼ਰੂਰ ਲੈ ਜਾਵਾਂਗੇ। ਅਤੇ ਬਠਿੰਡਾ 'ਚ ਮੰਨ ਲਓ ਤੁਸੀਂ ਬੈਠੇ ਹੋ, ਅਤੇ ਬਠਿੰਡੇ 'ਚ ਕੁਛ ਜਿਵੇਂ ਪਿੱਛੇ ਜਿਹੜੀ ਬਠਿੰਡਾ ਦਿਹਾਤੀ 'ਚ ਕੁਛ ਵਿਧਾਇਕ ਆ ਜਿਹੜੇ ਰੁਪਿੰਦਰ ਕੌਰ ਰੂਬੀ ਸੀ, ਉਹਨਾਂ ਦੇ ਕੋਈ ਮੰਨ ਲਓ ਜਿਹੜੇ ਹਲਕੇ 'ਚ ਨਾ ਜਾਣ ਕਰਕੇ ਜਿਹੜੇ ਵਲੰਟੀਅਰ ਨੇ ਜਿਹਨਾਂ ਨੇ ਉਹਨਾਂ ਨੇ ਵਰਕਰਾਂ ਨੇ ਉਹਨਾਂ ਨੂੰ ਬਹੁਤ ਸਖ਼ਤ ਮਿਹਨਤ ਕਰਕੇ ਅੱਗੇ ਲੈ ਕੇ ਆਏ ਸੀ, ਇਸ ਪਦਵੀ 'ਤੇ ਬਿਠਾਇਆ ਸੀ, ਅਤੇ ਉਹਨਾਂ ਦਾ ਰੋਸ ਆ ਉਹਨਾਂ 'ਚ, ਲੋਕਾਂ 'ਚ ਵੀ ਉਹ ਸਾਡੇ 'ਚ ਆਉਂਦੇ ਨਹੀਂ, ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ, ਅਤੇ ਇਹਦੇ ਬਾਰੇ ਤੁਸੀਂ ਵੀ ਕੋਈ ਡਿਸਕਸ ਗੱਲਬਾਤ ਚੱਲਦੀ ਹੋਣੀ ਹੈ ਤੁਹਾਡੀ? ਦੇਖੋ ਜੀ, ਤੁਸੀਂ ਆਪਾਂ ਪਹਿਲਾਂ ਜਦੋਂ ਗੱਲ ਕਰਕੇ ਹਟੇ ਹਾਂ ਕਿ ਪੰਜਾਬ ਦੇ ਵਿੱਚ ਲੋਕ ਏਕਤਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੀ, ਅਤੇ ਬਠਿੰਡਾ ਦਿਹਾਤੀ ਵੀ ਕੋਈ ਪੰਜਾਬ ਤੋਂ ਵੱਖਰਾ ਤਾਂ ਹੈ ਨਹੀਂ, ਉਹ ਵੀ ਪੰਜਾਬ ਦਾ ਹੀ ਹਿੱਸਾ ਹੈਗਾ, ਠੀਕ ਹੈ ਨਾ, ਔਰ ਆਮ ਆਦਮੀ ਪਾਰਟੀ ਇੱਕ ਜਜ਼ਬਾਤਾਂ ਦੇ ਵਿੱਚੋਂ, ਜਨੂੰਨ ਦੇ ਵਿੱਚੋਂ ਨਿਕਲੀ ਹੋਈ ਪਾਰਟੀ ਹੈ, ਇੱਕ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈਗੀ ਆ, ਇੱਥੇ ਨੈਚੁਰਲੀ ਜਿਹੜੇ ਸਾਡੇ ਵਲੰਟੀਅਰ ਨੇ ਉਹ ਬੜੇ ਜਜ਼ਬਾਤੀ ਨੇ, ਬੜੇ ਜਨੂੰਨੀ ਨੇ ਹੈਗੇ, ਉਹਨਾਂ ਨੇ ਦਿਲ ਦੇ ਨਾਲ ਕੰਮ ਕੀਤਾ, ਲੱਗਦਾ ਵੀ ਹੁਣ ਫਿਰ ਉਵੇਂ ਕਰਨਗੇ? ਬਿਲਕੁਲ ਬਿਲਕੁਲ, ਮੈਂ ਤੁਹਾਨੂੰ ਉਹੀ ਕਹਿ ਰਿਹਾ ਜੀ, ਜਿਹੜਾ ਹੈਗਾ ਉਮੀਦ ਦੇ ਸਹਾਰੇ ਜ਼ਿੰਦਗੀ ਚੱਲਦੀ ਹੈਗੀ ਆ, ਜਦੋਂ ਅਸੀਂ ਇਹ ਉਮੀਦ ਕਰ ਸਕਦੇ ਹਾਂ ਪੰਜਾਬ ਪੱਧਰ 'ਤੇ ਪਾਰਟੀ ਇਕੱਠੀ ਹੋਊਗੀ, ਠੀਕ ਹੈ ਕਿ ਨਾ, ਤਾਂ ਮੈਂ ਫਿਰ ਤੁਹਾਨੂੰ ਕਹਿ ਰਿਹਾ ਕਿ ਬਠਿੰਡਾ ਦਿਹਾਤੀ ਕੋਈ ਪੰਜਾਬ ਤੋਂ ਵੱਖਰਾ ਨਹੀਂ ਹੈਗਾ, ਸਾਰੇ ਸਾਡੇ ਭੈਣ ਭਰਾ ਹੀ ਹੈ, ਠੀਕ ਹੈ ਨਾ, ਗਿਲੇ ਸ਼ਿਕਵੇ ਹੈਗੇ ਹੈ, ਅਤੇ ਨੈਚੁਰਲੀ ਜਦੋਂ ਤੱਕ ਅਸੀਂ ਗਿਲੇ ਸ਼ਿਕਵੇ ਦੂਰ ਨਹੀਂ ਕਰਾਂਗੇ ਤਾਂ ਨੈਚੁਰਲੀ ਸਾਨੂੰ ਯਾਨੀ ਕਿ ਲੋਕ ਮਾਫ਼ ਨਹੀਂ ਕਰਨਗੇ, ਗਿਲੇ ਸ਼ਿਕਵੇ ਜਲਦੀ ਦੂਰ ਹੋ ਜਾਣਗੇ। ਅਤੇ ਨੀਲ ਜੀ, ਬੀਤੇ ਦਿਨੀ ਜਿਹੜੀ ਹਾਦਸਾ, ਇੱਕ ਬਹੁਤ ਵੱਡਾ ਪੰਜਾਬ 'ਚ ਜਿਹੜੀ ਇੱਕ ਮੰਨ ਲਓ ਹਾਦਸਾ ਹੋਇਆ ਅੰਮ੍ਰਿਤਸਰ 'ਚ, ਜਿਹੜਾ ਲੋਕ ਦੁਸਹਿਰਾ ਦੇਖ ਰਹੇ ਸੀ ਅਤੇ ਉਹਨਾਂ ਦੀਆਂ ਮੰਨ ਲਓ ਕਿ ਜਾਨਾਂ ਕੀਮਤੀ ਜਾਨਾਂ ਗਈਆਂ, ਅਤੇ ਉਹਦੇ ਬਾਰੇ ਵੀ ਕਿਹਨੂੰ ਤੁਸੀਂ ਸਮਝਦੇ ਹੋ ਵੀ ਜਿਹੜਾ ਕੋਈ ਰੇਲ ਵਿਭਾਗ ਆ ਉਹ ਦੂਜੇ 'ਤੇ ਇੱਕ ਦੂਜੇ 'ਤੇ ਕੋਈ ਸਿੱਟੀ ਜਾਂਦੇ ਆ ਵੀ ਇਹ ਕਸੂਰਵਾਰ ਆ ਜੇ ਇਹ ਕਸੂਰਵਾਰ ਆ, ਉਹ ਕਿੱਥੋਂ ਤੱਕ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜਾ ਇਹ ਹਾਦਸਾ ਹੋਇਆ ਇਹਦੇ ਲਈ ਕੌਣ ਦੋਸ਼ੀ ਹੈ? ਗੁਰਨੈਬ ਜੀ, ਇਹਨਾਂ ਕੌਣ ਦੋਸ਼ੀ ਹੈਗਾ, ਕੌਣ ਇਹਦੇ ਲਈ ਰਿਸਪੋਂਸੀਬਲ ਹੈਗਾ, ਇਹ ਬਾਅਦ ਦੀਆਂ ਗੱਲਾਂ ਨੇ। ਬਹੁਤ ਮਾੜਾ ਦੁਖਾਂਤ ਹੋਇਆ, ਸੈਂਕੜੇ ਲੋਕਾਂ ਦੀ ਜਾਨ ਚਲੀ ਗਈ, ਇਹ ਵਕਤ ਰਾਜਨੀਤੀ ਕਰਨ ਦਾ ਨਹੀਂ ਹੈਗਾ, ਰਾਜਨੀਤੀ ਕਰਨ ਵਾਸਤੇ ਹੋਰ ਬਹੁਤ ਮੁੱਦੇ ਆ। ਮੇਰੀ ਤਾਂ ਇਹੀ ਸਭ ਨੂੰ ਅਪੀਲ ਹੈਗੀ ਹੈ ਕਿ ਜਿੱਥੇ ਸਾਰੇ, ਈਵਨ ਕੇਜਰੀਵਾਲ ਸਾਹਿਬ ਦਾ ਵੀ ਕੱਲ੍ਹ ਸਭ ਤੋਂ ਪਹਿਲਾ ਟਵੀਟ ਜਿਹੜਾ ਸੀ ਇਸ ਮੁੱਦੇ ਦੇ ਉੱਤੇ ਉਹ ਕੇਜਰੀਵਾਲ ਸਾਹਿਬ ਦਾ ਆਇਆ ਸੀ, ਉਹਨਾਂ ਨੇ ਵੀ ਸਾਰੇ ਵਲੰਟੀਅਰ ਨੂੰ ਅਪੀਲ ਕੀਤੀ ਕਿ ਜਿੰਨੀ ਸਾਡੀ ਪਹੁੰਚ ਹੈ, ਜਿੰਨੀ ਸਾਡੀ ਸਮਰੱਥਾ ਹੈਗੀ ਹੈ, ਅੰਮ੍ਰਿਤਸਰ ਦੇ ਖਾਸ ਕਰਕੇ ਆਲੇ ਦੁਆਲੇ ਜਿਹੜੇ ਵਲੰਟੀਅਰ ਹੈਗੇ ਆ ਉੱਥੇ ਪਹੁੰਚੋ, ਖੂਨ ਦੀ ਜ਼ਰੂਰਤ ਹੈ, ਜੋ ਕੁਛ ਵੀ ਜ਼ਰੂਰਤ ਹੈਗੀ ਹੈ, ਸਭ ਤੋਂ ਪਹਿਲਾਂ ਉਹ ਦੇਖੀਏ, ਜਿਹੜੇ ਲੋਕ ਮਾਰੇ ਗਏ ਉਹਨਾਂ ਦੇ ਪਰਿਵਾਰ ਨੂੰ ਦੇਖੀਏ, ਜਿਹੜੇ ਜ਼ਖਮੀ ਹੈ ਉਹਨਾਂ ਦਾ ਟ੍ਰੀਟਮੈਂਟ ਕਿੱਦਾਂ ਹੋਵੇ ਇਹ ਦੇਖੀਏ, ਦੋਸ਼ੀ ਕੌਣ ਹੈ, ਕਿੰਨੇ ਉਸ ਦੀ ਪਰਮਿਸ਼ਨ ਦਿੱਤੀ, ਪਰਮਿਸ਼ਨ ਕਿਉਂ ਦਿੱਤੀ, ਇਹ ਬਾਅਦ ਦੀਆਂ ਗੱਲਾਂ ਨੇ। ਹਾਂ, ਇਹ ਗੱਲ ਅਸੀਂ ਜ਼ਰੂਰ ਹੈ ਪਹਿਲਾਂ ਇਸ ਤੋਂ ਨਿਪਟ ਲਈ, ਉਸ ਤੋਂ ਬਾਅਦ ਜਿਹੜਾ ਹੈਗਾ ਜੇ ਦੋਸ਼ੀ ਹੈ ਸਰਕਾਰ ਨੂੰ ਚਾਹੀਦਾ ਹੈਗਾ ਜੋ ਦੋਸ਼ੀ ਹੈ ਉਸ ਨੂੰ ਸਜ਼ਾ ਦੇਣੀ ਬਣਦੀ ਆ, ਪਰ ਇਹਦੇ ਉੱਤੇ ਰਾਜਨੀਤੀ ਕਿਸੇ ਵੀ ਪਾਰਟੀ ਨੂੰ ਨਹੀਂ ਕਰਨੀ ਚਾਹੀਦੀ। ਧੰਨਵਾਦ, ਤੁਸੀਂ ਇੰਨਾ ਸਮਾਂ ਕੱਢਿਆ ਆਪਣੇ ਕੀਮਤੀ ਰੁਝੇਵਿਆਂ 'ਚੋਂ, ਅਤੇ ਨਹੀਂ, ਬਹੁਤ ਸ਼ੁਕਰੀਆ ਜੀ। ਥੈਂਕ ਯੂ ਸਰ, ਥੈਂਕ ਯੂ। ਆਪਣੇ ਹਲਕੇ ਦੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ, ਅਤੇ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵੀ ਪ੍ਰੈਸ ਕਰੋ।